120 ਦਾ ਕੋਕ ਪਾਕਿਸਤਾਨੀ ਪਾਕਿਸਤਾਨੀ ਤੇ 120 ਰੁਪਏ ਦਾ ਕੋਕ ਪਾਕਿਸਤਾਨੀ ਆਪਾਂ ਲੈ ਲਈਏ 4 ਸੋਨ ਵਾਲਾ ਹਾਂਜੀ ਮਲਤਾਨੀ ਸੋਨ ਵਾਲਾ ਗੱਲ ਇਹ ਹੈ ਸਾਨੂੰ ਲਿਜਾਣ ਨਹੀਂ ਦਿੰਦੇ ਉਧਰ ਪਵੰਦੀਆਂ ਉੱਥੇ ਜਵੀਰ ਜੀ ਪਾਕਿਸਤਾਨੀ ਬੋਸ ਕੀ ਹੂੰ ਤੁਹਾਨੂੰ ਮਿਲੇਗੀ ਮਸ਼ਹੂਰ ਬੋਸ ਕੀ ਪਾਕਿਸਤਾਨ ਇਹ ਕੁੜਤਾ ਪਜਾਮਾ ਬਣਦਾ ਕੀ ਕੁੜਤਾ ਪਜਾਮਾ ਇਹਦਾ ਬਣਦਾ ਹੈ ਤੁਹਾਡੇ ਇੰਡੀਆ ਚ ਇਹ ਚੀਜ਼ ਨਹੀਂ ਮਿਲਦੀ ਪਾਕਿਸਤਾਨੀ ਬੋਸ ਕੀ ਹੂੰ ਅਗਰ ਇੱਕ ਨੰਬਰ 2 ਘੋੜਾ ਬੋਸ ਕੀ ਲੈਣੀ ਹੋਈ ਤੇ ਪਾਕਿਸਤਾਨ ਕਲਾਥ ਹਾਊਸ ਜਾਣਾ ਹਮਜ਼ਾ ਦੀ ਸ਼ਾਪ ਸ਼ਾਪ ਹੁਰ ਸ਼ਾਲ ਤੁਹਾਡੇ ਉੱਥੇ ਬੜੀ ਵਾਇਰਲ ਹੋਈ ਇੰਡੀਆ ਦੇ ਵਿੱਚ ਹਾਂ ਇਹ ਪਾਕਿਸਤਾਨੀ ਚੁੰਨੀਆਂ ਚੰਨੀਆਂ ਕਹਿੰਦੇ ਪਾਕਿਸਤਾਨੀ ਕਢਾਈ ਵਾਲੀ ਥੋੜੀ ਜੀ ਲੋ ਨਾ ਇਹ ਕਿੰਨੇ ਦੀ ਆ ਵੀਰਾਂ ਦੀ ਫੋਟੋ ਬਣਾਣਾ ਤੁਹਾਡੇ ਪਿੱਛੋਂ ਨਾ ਕਿਉਂ ਚੈੱਕ ਕਰੋ ਕੈਸੀ ਸੋਹਣੀ ਲੱਗ ਰਹੀ ਹੈ ਵੀਰਾਂ ਇਹ ਬੰਦੇ ਆ ਕੇ ਬੁੜੀਆਂ ਵਾਸਤੇ ਆਏ ਵੀਰ ਜੀ ਜੈਂਟਸ ਕੁੜੀਆਂ ਵੀ ਇਸਤੇਮਾਲ ਕਰਦਿਆਂ ਨੇ ਜੈਂਟਸ ਵੀ ਇਸਤੇਮਾਲ ਆ ਲਾਹੌਰ ਬਣਿਆ ਹੋਇਆ 480 ਰੁਪਏ ਆ ਲਾਹੌਰ ਬਣਿਆ ਹੋਇਆ ਵਾ ਇਧਰ ਮੁਹੰਮਦ ਦੀ ਜਨਾਹ ਸਰਾਵਾ 480 ਰੁਪਏ ਜੀ ਦੋ ਇਦਾਂ ਦੀਆਂ ਜੁੱਤੀਆਂ ਪਈਆਂ ਨੇ ਆ ਦਿਖਾ ਦਿਓ ਲੈ ਲੇਡੀਜ਼ ਦੀ ਜੁੱਤੀਆਂ ਪਈਆਂ ਨੇ ਆ ਵੀ ਹੈਗਾ ਸੈਂਡਲ ਸੁੰਡਲ ਜੇ ਕਈ ਕੁਛ ਮਸ਼ਹੂਰ ਆ ਪਾਕਿਸਤਾਨ ਦੀ ਮਸ਼ਹੂਰ ਸੌਗਾਤ ਮਲਤਾਨੀ ਸੋਨ ਹਲਵਾ ਤੇ ਅੱਛਾ ਐਂਬਰ ਖਜੂਰ ਹੈ ਕਾਲੀ ਜੀ ਹਾਂਜੀ ਕਾਲੀ ਸ਼ੂਗਰ ਵਾਲੇ ਵਾਸਤੇ ਇਹ ਸ਼ੂਗਰ ਵਾਲੇ ਲਈ ਹੁੰਦੇ ਸਪੈਸ਼ਲ ਸਾਊਦੀ ਅਰਬ ਦੀ ਖਜੂਰ ਹੈ ਕਿ ਜੀ ਹੂੰ ਸਾਊਦੀ ਅਰਬ ਦੀ ਤੇ ਆਹਾ ਇਹ ਵੀ ਜੀ ਇਹਦੇ ਅੰਦਰ ਬਦਾਮ ਭਰਾ ਹੋਇਆ ਹੈ ਇਹ 100 ਇਹ ਜਿੰਨੇ ਵੀ ਤੁਸੀਂ ਰੁਪਈਏ ਪਾਕਿਸਤਾਨ ਦੀ ਕਰੰਸੀ ਤੇ ਲੈ ਲਓ ਸਾਰੇ ਖਰਚ ਕੇ ਜਾਣੇ ਘਰੇ ਮੋੜ ਕੇ ਨਹੀਂ ਜਾਣੇ ਦਰਸ਼ਕੋ ਭਾਈ ਅਜੀਤਾ ਜੀ ਬਾਜ਼ਾਰ ਆ ਗਿਆ ਇਧਰਲੇ ਪਾਸੇ ਬਾਜ਼ਾਰ ਹੈ ਕਰਤਾਰਪੁਰ ਸਾਹਿਬ ਵਿਖੇ ਵੀਰਾਂ ਛੋਟਾ ਜਿਹਾ ਬਾਜ਼ਾਰ ਆ ਉਧਰਲੇ ਪਾਸੇ ਜਾ ਕੇ ਆਉਂਦੇ ਆ ਜਿੱਥੋਂ ਦੀ ਐਂਟਰੀ ਕੀਤੀ ਸੀ ਉੱਥੋਂ ਹੀ ਬਾਹਰ ਨਿਕਲ ਕੇ ਜੋੜੇ ਕਢਾ ਕੇ ਤੁਸੀਂ ਪੈਰਾਂ 'ਚ ਪਾ ਕੇ ਜਾ ਸਕਦੇ ਹੋ ਨੰਗੇ ਪੈਰ ਵੀ ਜਾ ਸਕਦੇ ਹੋ ਥੋੜਾ ਜਿਹਾ ਗਰਮੀ ਹੈ ਤਪਣ ਲੱਗ ਜਾਂਦੀ ਹੈ ਫਰਸ਼ਸ ਕਰਕੇ ਜੋੜੇ ਪਾ ਕੇ ਜਾਓ ਤਾਂ ਜ਼ਿਆਦਾ ਬੈਟਰ ਆ ਰਾਤ ਵੇਲੇ ਲਾਈਟਾਂ ਵਗੈਰਾ ਜਗਾ ਦਿੰਦੇ ਬਹੁਤ ਸੋਹਣਾ ਵਿਊ ਆ ਇੱਥੇ ਛੋਟਾ ਜਿਹਾ ਪਿੰਡ ਸੀ ਨੂੰ ਕੋਠੇ ਕਹਿੰਦੇ ਤੇ ਜਿਵੇਂ ਛੋਟੇ ਜਿਹੇ ਹੁੰਦੇ ਆ ਉਹ ਕਿਸੇ ਤਾਂ ਕਬੂਤਰ ਕਬਾਤਰ ਰੱਖੇ ਆ ਮਨ ਨਿਕੇ ਨਿਕੇ ਜੇ ਮਤਲਬ ਕੁੱਪ ਜੇ ਬੰਨੇ ਹੋਏ ਆ ਨਜ਼ਰ ਆ ਜਾਣਗੇ ਪਰ ਉਧਰ ਜਾਣ ਨਹੀਂ ਦਿੰਦੇ ਤੇ ਇਧਰਲੇ ਪਾਸੇ ਦੇਖੋ ਵੀ ਇਹ ਹਿਸਾਬ ਦਾ ਬਾਹਰਲੀ ਫਿਰ ਆਪਾਂ ਪਾਸੇ ਪਾਸੇ ਦੀ ਆਪਾਂ ਜਾ ਰਹੇ ਹਾਂ ਬਾਜ਼ਾਰ ਵਾਲੇ ਪਾਸੇ ਆ ਜਾਓ ਬਾਜ਼ਾਰ ਦੇਖ ਕੇ ਆਈਏ ਠੰਡਾ ਪੀਂਦੇ ਆ ਕਿਹੜਾ ਮਾਲਕ ਆ ਭਰਾ ਇੱਧਰ ਲੈ ਭਰਾ ਸਾਨੂੰ ਦੇ ਦੇ ਕੋਕ ਚੱਲੂ ਕੋਕ ਦੇ ਦਿਓ ਭਰਾ ਕਿੰਨੇ ਦੀ ਬੋਤਲ ਆ ਇਹ 120 ਦਾ ਕੋਕ ਪਾਕਿਸਤਾਨੀ ਪਾਕਿਸਤਾਨੀ ਤੇ 120 ਰੁਪਏ ਦਾ ਕੋਕ ਪਾਕਿਸਤਾਨੀ ਆਪਾਂ ਲੈ ਲਈਏ 4 ਕੋਕ ਹੀ ਲੈ ਲਈਏ ਸਾਰੇ ਆਪਾਂ ਹੈ ਇਹ ਕਿਹੜਾ ਵਾ ਸਪਰਾਈਟ ਮਿੰਟ ਇਹ ਨਹੀਂ ਪੀਤਾ ਯਾਰ ਸਾਨੂੰ ਆ ਪਿਆ ਕੋਕ ਤਾਂ ਪੀਂਦੇ ਨੇ ਪੁਦੀਨੇ ਦਾ ਜਿਹੜਾ ਨਾ ਉਹ ਇਹਦਾ ਇਹ ਚੀਜ਼ ਸਾਹਮਣੇ ਤੇ ਫਿਰ ਆ ਪੀਏ ਆਪਾਂ ਸਾਨੂੰ ਭਰਾਏ ਕਰ ਫਿਰ ਆ ਦੋ ਦੇ ਦੇ ਰੱਖ ਦਿਓ ਜਿਹੜੀ ਨਹੀਂ ਲੈਣੀ ਅੱਛਾ ਤੁਸੀਂ ਕੋਕ ਹੀ ਪੀਣਾ ਹਾਂਜੀ ਅਸੀਂ ਕੋਕ ਪੀਏਗਾ ਠੀਕ ਆ ਤੇ ਉਹ ਕੱਢ ਕੇ ਲਿਆ ਭਰਾ ਕਿੱਧਰ ਗਿਆ ਇੱਥੋਂ ਨਹੀਂ ਚੜਾ ਲੈ ਦਿਓ ਜੀ ਲੈ ਆ ਲੈ ਆਉ ਤਾਂ ਅਸੀਂ ਪੀਂਦੇ ਹੀ ਰਹਿੰਦੇ ਆ ਹਰਾ ਪੀਏ ਆ ਰੰਗ ਆ ਆ ਹਰਾ ਰੰਗ ਕੀ ਹੈ ਪੀ ਕੇ ਦਿੰਦੋ ਆ ਭਰਾ ਕਿੰਨੇ ਬਣ ਗਏ ਇੱਕ ਮੈਂ ਦੱਸ ਦਿਆਂ ਆ ਲਾ 4 2 ਮਿੰਟ ਆ ਲਾਹੌਰ ਬਣਿਆ ਹੋਇਆ 480 ਰੁਪਏ ਆ ਲਾਹੌਰ ਬਣਿਆ ਹੋਇਆ ਵਾ ਇਧਰ ਮੁਹੰਮਦ ਦੀ ਜਨਾਹ ਸਰਾਵਾ 480 ਰੁਪਏ ਜੀ ਦੋ ਪੁਦੀਨੇ ਜੇ ਵਾਲੇ ਤੇ ਦੋ ਕੋਕਾ ਭਰਾ ਹੋਰ ਜੀ ਕਿਵੇਂ ਹੋ ਨੋਟ ਦੇਤਾ ਇਹਨਾਂ ਨੇ 20 ਵਾਲਾ ਦੇਤਾ ਲੈ ਇਹ ਸਾਰੇ ਸਾਡੇ ਸਾਰਿਆਂ ਨੋਟਾਂ ਦੇ ਮੁਹੰਮਦ ਅਲੀ ਜਨਾਹ ਸਾਹਿਬ ਜਨਾਹ ਸਾਹਿਬ ਹੀ ਆ ਠੀਕ ਆ ਵੱਡਾ ਰੋਲ ਆਣਾ ਫਿਰ ਪਾਕਿਸਤਾਨ ਚ ਉਹਨਾਂ ਦਾ ਤੇ ਆਜੋ ਇਧਰਲੇ ਪਾਸੇ ਨੂੰ ਭਰਾ ਦੇਖੀ ਕਿਵੇਂ ਆ ਟੇਸਟ ਮੈਂ ਟੇਸਟ ਵੀ ਦੱਸ ਦਿਆਂ ਤੁਹਾਨੂੰ ਭਾਈ ਜੀ ਬਹੁਤ ਸਹੀ ਨਾ ਇੱਕ ਬੰਨੇ ਬੰਨੇ ਗੰਦੀ ਸ਼ਕਲ ਪਰਾਂ ਕਰੇਗਾ ਫਿਰ ਬਹਿਣ ਗਏ ਨੇ ਕਿਤੇ ਘੈਂਟਾ ਗੱਲਬਾਤ ਆ ਜੋ ਇੱਥੇ ਬੈਠਨੇ ਆ ਦਰਸ਼ਕੋ ਇੱਕ ਗੱਲ ਮੈਂ ਹੋਰ ਦੇਖੀ ਆ ਪਾਕਿਸਤਾਨੀ ਬਾਜ਼ਾਰ ਚ ਆਪਣਾ ਇੰਡੀਆ ਦਾ ਨੋਟ ਵੀ ਹੈ ਨਾ ਇੰਡੀਆ ਚ ਬੇਕਦਰੀ ਜੀ ਉਹਦੀ ਭੂਰਾ ਕਾਇ ਲਾਦਾ ਹੁੰਦਾ ਇਹਦਾ ਕੀ ਹੁੰਦਾ ਪਰ ਇੱਥੇ ਲਾਦਾ ਐ ਲਾਦਾ ਹੁੰਦਾ ਜਿਵੇਂ ਨਾ ਡਾਲਰਾਂ ਚ ਚੱਲਦੇ ਹੁੰਦੇ ਅਮਰੀਕਨ ਡਾਲਰ ਚੱਲਦੇ ਆ ਨਾ ਉਵੇਂ ਇੱਥੇ ਅਮਰੀਕਨ ਡਾਲਰ ਵਾਂਗੂ ਇੰਡੀਆ ਦਾ ਰੁਪਈਆ ਚੱਲਦਾ ਇੱਥੇ ਤੇ ਆ ਕਿੰਨੇ ਦਾ ਬਣ ਗਿਆ ਇੰਡੀਆ ਦੇ ਹਿਸਾਬ ਤੇ 50 ਕਾ ਦਾ ਬਣਿਆ ਨਾ ਹਾਂਜੀ ਇਹ ਪਾਕਿਸਤਾਨੀ 120 ਰੁਪਏ ਦਾ ਹੈ ਪਾਕਿਸਤਾਨੀ 120 ਦਾ ਤੁਹਾਡਾ ਕਿੰਨੇ ਦਾ ਬਣਿਆ ਇੱਥੇ ਤਾਂ ਬਣਿਆ 60-70 ਰੁਪਏ ਦਾ 60-70 ਰੁਪਈਆ ਦਾ ਬਣਿਆ ਇਹ ਉਹਦੀ ਗੱਲ ਸੁਣੋ ਮੇਰੀ ਇੱਥੇ 76 ਰੁਪਏ ਲਿਖਿਆ ਤੁਸੀਂ ਸਾਥੋਂ ਵੱਧ ਲੈ ਗਏ ਲਿਖਿਆ ਤਾਂ 76 ਅਛਾ ਉਹ ਟੈਕਸ ਟੂਸ ਲਾ ਕੇ ਵੱਧ ਲੈ ਗਏ ਠੰਡਾ ਠੁੰਡਾ ਕੰਮ ਦਾ ਹੀ ਲੈ ਗਏ ਉਹ ਤਾਂ 76 ਰੁਪਏ ਲਿਖੇ ਆ ਲੈ ਭਰਾਵੋ ਇਹ ਤੇ ਔਰ ਇਹ ਪਾਕਿਸਤਾਨੀ ਕਪੜਾ ਜਿਹੜਾ ਨਾ ਉਹ ਦੁਨੀਆ ਤੇ ਇੱਕ ਮਸ਼ਹੂਰ ਹੈ ਤੁਸੀਂ ਇੱਥੇ ਆਪਣੇ ਫੈਮਿਲੀ ਵਾਸਤੇ ਆਪਣੇ ਦੋਸਤਾਂ ਵਾਸਤੇ ਤੋਂ ਤੁਸੀਂ ਸੂਟ ਲੈ ਕੇ ਜਾ ਸਕਦੇ ਹੋ ਬਹੁਤ ਸ਼ਾਨਦਾਰ ਸੂਟ ਇੱਥੇ ਮਿਲਦੇ ਨੇ ਤੇ ਉਹ ਪੂਰਾ ਬਾਜ਼ਾਰ ਹੈ ਤੁਸੀਂ ਉਹ ਹੋਰ ਚੀਜ਼ਾਂ ਜਿਹਨੇ ਮੁਖਤਲਿਫ ਗਿਫਟ ਦੇਣ ਵਾਸਤੇ ਤੁਹਾਨੂੰ ਤੁਹਾਨੂੰ ਇੱਥੇ ਕੱਪ ਮਿਲ ਜਾਣਗੇ ਜਿੱਥੇ ਜਿਹੜਾ ਨਾ ਕਰਤਾਰਪੁਰ ਸਾਹਿਬ ਜਿਹੜਾ ਨਾ ਉਹਨਾਂ ਦਾ ਬਣਾਵੇ ਬਿਲਡਿੰਗ ਦੀ ਤਸਵੀਰ ਹੈ ਉਹ ਤੁਸੀਂ ਕੱਪ ਲੈ ਸਕਦੇ ਹੋ ਮੁਖਤਲਿਫ ਗਿਫਟਸ ਲੈ ਸਕਦੇ ਹੋ ਉਹ ਬੜੇ ਸ਼ਾਨਦਾਰ ਤੁਸੀਂ ਬਣੇ ਨੇ ਤੁਸੀਂ ਆਪਣੇ ਜਿਹੜਾ ਨਾ ਉਹ ਇੱਕ ਕਹਿਣ ਉਹ ਤੁਸੀਂ ਉਹਨਾਂ ਨੂੰ ਆਪਣੇ ਫੈਮਿਲੀ ਮੈਂਬਰਸ ਨੂੰ ਆਪਣੇ ਦੋਸਤਾਂ ਨੂੰ ਗਿਫਟ ਦੇ ਤੌਰ ਦੇ ਉੱਤੇ ਕਿ ਜੀ ਤੁਸੀਂ ਅਸੀਂ ਸਪੈਸ਼ਲ ਤੁਹਾਡੇ ਵਾਸਤੇ ਕਰਤਾਰਪੁਰ ਤੋਂ ਸੁਗਾਤ ਲੈ ਕੇ ਆਏ ਆ ਔਰ ਸਾਡੇ ਇੱਥੇ ਮਿਠਾਈ ਮਿਲਦੀ ਹੈ ਸੋਹਣ ਹਲਵਾ ਮਿਲ ਰਿਹਾ ਇੱਥੇ ਉਹ ਬੜਾ ਸ਼ਾਨਦਾਰ ਹੈ ਉਹ ਬੜਾ ਮਸ਼ਹੂਰ ਹੈ ਪਾਕਿਸਤਾਨੀ ਠੀਕ ਹੈ ਉਹ ਤੁਸੀਂ ਸੋਹਣ ਹਲਵਾ ਲੈ ਕੇ ਦਾ ਸਕਦੇ ਹੋ ਮਿਠਾਈ ਬਹੁਤ ਸ਼ਾਨਦਾਰ ਹੁੰਦੀ ਹੈ ਤੁਸੀਂ ਜਿਹੜਾ ਨਾ ਹੁਣ ਅਸੀਂ ਆਉਂਦੇ ਰਿਹਾ ਕਰਾਂਗੇ ਅਸੀਂ ਤੁਹਾਨੂੰ ਹਰ ਟਾਈਮ ਵੈਲਕਮ ਕਰਨੇ ਆ ਜੀ ਜਦੋਂ ਮਰਜ਼ੀ ਤੁਸੀਂ ਆਓ ਤੁਹਾਡਾ ਮਤਲਬ ਕਿ ਆਪਣਾ ਇੱਕ ਜਿਹੜਾ ਨਾ ਉਹ ਬਿਲਕੁਲ ਜੀ ਬਿਲਕੁਲ ਸਵਾਦ ਆ ਵੀ ਰੰਗ ਜਿਹਾ ਪਾਕਿਸਤਾਨੀ
ਬੱਤਾ ਪੀਨੇ ਆ ਬੱਤਾ ਕਹਿੰਦੇ ਹੁੰਦੇ ਸੀ ਨਾ ਅੱਗੇ ਅੱਗੇ ਖੱਟਾ ਹੋਵੇ ਪੀੜਾ ਹੋਵੇ ਉਹਨਾਂ ਨੇ ਬੱਤਾ ਪੀਣਾ ਆ ਰੰਗ ਹੈਗਾ ਹਰੇ ਜਿਹੇ ਰੰਗ ਵਾਲਾ ਬੱਤਾ ਪੀਨੇ ਆ ਦੂਜੇ ਤਾਂ ਸਾਰੇ ਨਹੀਂ ਪੀਤੇ ਆ ਇਹ ਸਾਡੇ ਉਹ ਮਿਲਦਾ ਗੂੜੇ ਜਿਹੇ ਰੰਗ ਦਾ ਬਾਈ ਜੀ ਨੇ ਨਾਂ ਬੜਾ ਜ਼ਬਰਦਸਤ ਰੱਖਿਆ ਬੱਤਾ ਠੀਕ ਆ ਬਾਬਾ ਜੀ ਕਿਵੇਂ ਹੋ ਵਧੀਆ ਵਧੀਆ ਕਿੱਥੋਂ ਆਏ ਆ ਜੀ दर्शको इदा करके लाहौर क्लॉथ हाउस इदा भी है दुकाना ए ड्राई फ्रूट आले भी आदि हां जी मुल्तानी सोन गल सू ले नहीं देते उधर पाबंदियां घंटा दर्शक इथो ले जा सकते हो तुसी भी अद्धा किलो दा भी है किलो दा भी है मुल्तान दे मुल्तान दी सब तो फेमस आ लिखा है ना मुल्तानी सोन हलवा सोन पाकिस्तान दी सब तो फेमस पाकिस्तान दी सब तो फेमस आ जो इधरले पासे और भी बाजार दिखाएगी आपा आर मार मूल कपड़ियां कपड़ा ने बसियां ले जांदे हजे माल घट घट लग्या लगदा थोड़ा मंदा चलदा अच्छा ठीक है ठीक है ले इधरले पासे आ की वंडी जांदे आ ले क्यों प्रचार भी चली जाए दिखा दे गल टिकटॉक साढ़े बैन एक्स्ट्रा दिखा देंगे लै कपड़े वाली दिखाना बद आ भी दर्शको इधरले पास करो इधर आज कपड़े वाली दुकाना बालिया ज्यादा आ इधरले पास अड अड तरह के आ देखो कुछ इतों निशानियां भी लै सकते हो तुम इदा दुकाना तो दिखा रहा मैं किसी ने आना हो इदा चीज़ा लै सकते कप वगैरह इदा डेकोरेट किए हुए कुछ सिंबल कड़े वगैरह इतों मिल सकता क्यों जी हाँ जी किसी ने आना हो तो आ भी सारा थोड़े को इधर आ फिर गोल गप्पे समोसे चली जाते एक मैं होर दस दया अपना इंडिया पा अगे आ टाइम दे विच पिछे आ पाकिस्तान मतलब इतने सवा दो हो इन्हों का पौने दो ही हो मैं क्या कड़ी टाइम गलत हो गया नहीं सैल मुक गया पता लग गया वह तो टाइम ही गांह पछा थोड़ा जहा सैटिंग चक्कर आ लै आ कपड़े वगैरह इधर बाबे होड़ी खरीदी जाते हैं गलबात इधर कपड़े दुकाना दर्शको कपड़े द्यादा दुकाना वीर जी है ना लोग कपड़ा बड़ा खरीदे हाँ जी मशहूर ज्यादा है ना बिलकुल मैं क्या भी कपड़े दुकाना बड़िया भरा दी लै जी इधरले पासे ते दर्शको इधरले पासे जुत्तियां जातियां लोग कपड़ा जुत्तियां खरीदे इदा दियां जुत्तियां पईयां ने आ दिखा दिओ लै लेडीज जुत्तियां पईयां ने आ भी हैगा सैंडल सुंडल जे कई कुछ निशानी तौर पर लोग लै जांदे लैना भी चाहिए वा देखो इधर कपड़े की दुकान आ इधरले पासे होर जी किवें हो चढ़ती कला इधरले पासे आए आ मठियाईयां वाले मशहूर आ पाकिस्तान की मशहूर सौगात मुल्तानी सोन हलवा इह जे हलवे हो मिल जाने थोनों इतों तो सूटां दियां बड़ियां दुकानां बई तो इधरले पासे आ हैगा वा ड्राई फ्रूट्स वाले आ गए क्यों भरा किवें आ इधरले पास निगाह मार के आईए माड़ा जहा आइसक्रीम वगैरह भी है खजूर बहुत आ बी आ दे भांत भांत नसल दजूर कैवे आ भीरे ठीक है आ कड़ी नसल की खजूर आ काली जी जी अंबर खजूर है स्पेशल शुगर वाले ले जिन्हां दी शुगर वधदी है ना मेंटेन रख लेंदे सो अंबर खजूर है काली जी हां जी शुगर वाले वास्ते शुगर वाले ले जांदे स्पेशल सऊदी अरब दी खजूर है जी सऊदी अरब दी ते आहा ऐ वे जी इंदे अंदर बादाम भरा होया है बदाम भरिया अच्छा ਐ ਵੀ ਸੌਦੀ ਅਰਬ ਦੀ ਸੁਗਾ ਹੀ ਖਜੂਰ ਹੁੰਦੀ ਹੈ ਇਹਦੇ ਅੰਦਰ ਇਹਨੂੰ ਗਿੱਟਾ ਕੱਟ ਕੇ ਇਹਦੇ ਅੰਦਰ ਬਦਾਮ ਤੇ ਗਰਮ ਨਹੀਂ ਹੁੰਦੀ ਇਹ ਬਾਜੇ ਠੰਡੀ ਕਿਹੜੀ ਚੀਜ਼ ਹੁੰਦੀ ਹੈ ਫਿਰ ਨਹੀਂ ਨਹੀਂ ਗਰਮੀ ਦੇ ਵਿੱਚ ਬੰਦੇ ਦਾ ਦਿਮਾਗ ਨਾ ਚੱਕਿਆ ਜਾਵੇ ਤੇ ਆਹ ਆਹ ਕਾਲੀ
खजूर इन मिठा चाड़ा जाता है डब्बे की सूरत मिलती है इस पैकिंग करके फरूट फराट अंजीर है तुर्किश अंजीर है फ्रेश वाली तुर्किश हां जी दूजी मिलती है ना अंजीर ਭਾਜੀ ਜਿੱਥੇ ਪਾਈ ਆਇਆ ਖਾਣੇ ਨਾ ਹੁੰਦਾ ਇੱਕ ਇਕੱਲਾ ਪੀਸ ਹੀ ਕਾਫੀ ਹੁੰਦਾ ਕਿਉਂਕਿ ਉਹ ਨੈਚੁਰਲ ਤੇ ਫਰੈਸ਼ ਵਾਲੀ ਪੈਕਿੰਗ ਹੈ ਇਹਨੂੰ ਤਿਆਰ ਕੀਤਾ ਆਇਆ ਹੁੰਦਾ ਇਹਨੂੰ ਤਿਆਰ ਕੀਤਾ ਜੇ ਜੇ ਕਾਲੀ ਹੋ ਜਾਂਦੀ ਨਾ ਫੁੱਲ ਫਿਰ ਇਹਨੂੰ ਸਲਫਰ ਵਗੈਰਾ ਲਾ ਕੇ ਮਿੱਠਾ ਲਾ ਕੇ ਇਹਨੂੰ ਤਿਆਰ ਕਰਦੇ ਕੈਮੀਕਲ ਲਾ ਦਿੰਦੇ ਆ ਇਹ ਮਤਲਬ ਮਿੱਟੀ ਆ ਹਾਂ ਇਹਨੂੰ ਇਹਨੂੰ ਵੈਸੇ ਖਾਣ ਲਈ ਕਹਿੰਦੇ ਨਾ ਜੇਰ ਖਾ ਲਿਆ ਲੇਕਿਨ ਫਾਇਦਾ ਕੋਈ ਨਹੀਂ ਫਾਇਦਾ ਨਹੀਂ ਘੰਟੇ ਚ ਆ ਸਾਰਾ ਹਾਂ ਇੱਕ ਇਹ ਨੈਚੁਰਲ ਆ ਨਾ ਹਾਂਜੀ ਵੀ ਜੀ ਲੈ ਵੀ ਆ ਦੇਖੋ ਐਂ ਟੋਕਰੀਆਂ ਟੱਕਰੀਆਂ ਭਰ ਕੇ ਰੱਖੀਆਂ ਹੋਈਆਂ ਦਰਸ਼ਕੋ ਕਦੇ ਤੁਸੀਂ ਪਾਕਿਸਤਾਨ ਕਰਤਾਰਪੁਰ ਸਾਹਿਬ ਆਓ ਤਾਂ ਇੱਧਰ ਦੁਕਾਨ ਤੇ ਵੀ ਵਿਜ਼ਿਟ ਕਰ ਸਕਦੇ ਕੀ ਨਾਮ ਵੀਰੇ ਮੁਹੰਮਦ ਸ਼ੁਐਬ ਕਿਹੜੀ ਲਾਈਵ ਦੁਕਾਨ ਆ ਜਾਂਦੀ ਆ ਡਰਾਈ ਫਰੂਟ ਪੈਲੇਸ ਡਰਾਈ ਫਰੂਟ ਪੈਲੇਸ ਆ ਵੀ ਕੀ ਪਿਆ ਆ ਵੀ ਡਰਾਈ ਮੈਂਗੋ ਕੀਵੀ ਪਪੀਤਾ ਪਾਈਨਐਪਲ ਇਹ ਕੀ ਹੈ ਮੈਂਗੋ ਐ ਵੀ ਜੀ ਪਾਈਨਐਪਲ ਹੈ ਪਾਈਨਐਪਲ ਇਹ ਕਦ ਨਾਲ ਕੀਤਾ ਹੋਇਆ ਹੈ ਐ ਵੀ ਜੀ ਇਹ ਥਾਈਲੈਂਡ ਦੀ ਆਈਟਮ ਹੈ ਉਹਨਾਂ ਨੇ ਹੀ ਕੀਤਾ ਹੋਇਆ ਇਹਨੂੰ ਸੁਕਾਉਂਦੇ ਨੇ ਨਾ ਫਿਰ ਇਹਨੂੰ बड़ा वधिया हुंदा जिन्ना वड्डा बदाम है ना उन्नी वड्डी गिरी निकलदी आंदे ते दिखा हाँ टेट भरा ये बदाम का जे कबूतरां नूं पता लग गया कबूतरां वास्ते किवें आ किन्ना कई कबूतरां नूं पाउंदे आ ना हां वीर जी उन्हां लई वधिया है बदाम जिहड़ा ही होवे कबूतरां लई ते वधिया ही हुंदा वधिया ही आ देखो ले ऐ बदाम आ ਐਂ ਰੱਖ ਕੇ ਨਾ ਹੱਥ ਨਾਲ ਟੁੱਟ ਜਾਂਦਾ ਹੱਥ ਨਾਲ ਨਹੀਂ ਟੁੱਟ ਰਿਹਾ ਨਾ ਇਹਨੂੰ ਥੋੜਾ ਜਿਹਾ ਦੰਦ ਥੱਲੇ ਰੱਖੋ ਦੋ ਟੁਕੜੇ ਹੋ ਜਾਏ ਦੰਦ ਨਾ ਟੁੱਟ ਜੇ ਦੰਦ ਨਹੀਂ ਟੁੱਟਦਾ ਵੀਰ ਜੀ ਦੰਦ ਨਾਲ ਜਿੰਦੇ ਨਾਲ ਟੁੱਟਦਾ ਨਾ ਉਹ ਵੀ ਸਾਡੇ ਕੋਲ ਇੱਕ ਅੱਧ ਸੈਂਪਲ ਤੌਰ ਪਈ ਉਹ ਤਾਂ ਕਹਿੰਦੀ ਥੋੜੀ ਨਾਲ ਵੀ ਟੁੱਟਦਾ ਹੁੰਦਾ ਨਾਲ ਤੇ ਉਹ ਦਾ ਭਾਜੀ ਇਹ ਦੇਖੋ ਤੋੜਨਾ ਨੂੰ ਬਿਲਕੁਲ ਨਹੀਂ ਟੁੱਟੇਗਾ ਇਹ ਨਹੀਂ ਟੁੱਟਣਾ ਹਾਂ ਲੈ ਇਹਦੇ ਬਾਅਦ ਥੋੜੀ ਵਾਲਾ ਇਹ ਥੋੜੀ ਵਾਲਾ ਆ ਦੂਜਾ ਐ ਕਰਕੇ ਤੋੜਨ ਵਾਲਾ ਹੈ ਟੁੱਟ ਜਾਂਦਾ ਤੇ ਥੈਂਕ ਯੂ ਪ੍ਰਾਗਿਆ ਸੀ ਹੋਰ ਵੀ ਗੱਡਾ ਕਿੱਡਾ ਹੀ ਹੈ ਮਿਹਰਬਾਨੀ ਚੌਂਦਾ ਰਹਿ ਆਜੋ ਦਰਸ਼ਕੋ ਇਧਰਲੇ ਪਾਸੇ ਆਈਸਕ੍ਰੀਮ ਵੀ ਹਾਂ ਆਈਸਕ੍ਰੀਮਾਂ ਵੀ ਪਈਆਂ ਲੋਰ ਕੀ ਆਈਸਕ੍ਰੀਮ ਬ੍ਰਾਂਡ ਜਿਹੜੀ ਖਜੂਰਾਂ ਵੇ ਲਿਜਾ ਸਕਦੇ ਉਧਰ ਇੰਡੀਆ ਜੀ ਜੀ ਵੀ ਜੀ ਆਪ ਉਹ ਕਹਿੰਦੇ ਗੜਕ ਦੀ ਚੀਜ਼ ਲਿਜਾ ਆਪ ਮੱਟੀ ਪੌਦੇ ਫ੍ਰੈਸ਼ ਫਰੂਟ ਔਰ ਗਰੋਇੰਗ ਸੀ ਬੀਜ ਲੈ ਕੇ ਨਹੀਂ ਜਾ ਸਕਦੇ ਪਾਕਿਸਤਾਨੀ ਕਰੰਸੀ ਗਰੋਇੰਗ ਜੀ ਮਿਲਿਆ ਹਾਂ ਜੋ ਚੀਜ਼ ਇਧਰ ਹਮਾਰੇ ਯਹਾਂ ਪੜੀ ਹੈ ਨਾ ਬਕਾਇਦਾ ਪਰਮਿਸ਼ਨ ਕੇ ਸਾਥ ਪੜੀ ਹੈ ਦੋਨੋਂ ਤਰਫ ਗਵਰਨਮੈਂਟ ਸੇ ਜੋ ਪਰਮਿਸ਼ਨ ਮਿਲੀ ਹੈ ਹਮ ਵਹੀ ਚੀਜ਼ ਇਧਰ ਲੈ ਕੇ ਆ ਸਕਤੇ ਹੈ ਹਮਾਰੀ ਕੇ ਸਕੈਨਿੰਗ ਹੋਤੀ ਹੈ ਚੈਕਿੰਗ ਹੋਤੀ ਹੈ ਹਮ ਵਹੀ ਚੀਜ਼ ਲੈ ਕੇ ਨਹੀਂ ਆ ਸਕਤੇ ਜੋ ਚੀਜ਼ ਅਲਾਓ ਨਾ ਹੋ ਪਰਮਿਸ਼ਨ ਨਾ ਦੇ ਹਾਂ ਇਹ ਲੱਖ ਰੁਪਏ ਕੀ ਬਾਤ ਹੈ ਵਿਦਆਊਟ ਪਰਮਿਸ਼ਨ ਕੋਈ ਚੀਜ਼ ਹਮ ਇਧਰ ਆਪ ਕਿਉਂਕਿ ਹਮਾਰੀ ਵੀ ਸਕੈਨਿੰਗ ਚੈਕਿੰਗ ਹਰ ਜਗ੍ਹਾ ਹੋਤੀ ਹੈ ਬਿਲਕੁਲ ਅੱਛੀ ਬਾਤ ਹੈ ਆਈਸਕ੍ਰੀਮ ਵੀ ਕਾਫੀ ਪਈ ਹੈ ਨਾ ਕੋਲੇ ਤੇ ਆਜੋ ਇਧਰਲੇ ਪਾਸੇ इधर जुत्तियां पईयां जुत्तियां वाला बंदा वेले ही खड़ा गाहक आया नहीं लगता कोई अज होर जी किवें हो आ जुत्तियां भी पईयां कमाल दियां दर्शको कदे इधर आओ ते ले आ सकदे हो अज वेले जे खड़े हो बस वीर जी किसे दिन वेलियां भी रहना चाहिए मंदा टी नहीं चलदा किते नहीं ठीक है हां जी वधिया वीर जी ठीक है देखो ले हिसाब दे इत्थों असीं जुत्तियां दा भी जुत्ती कपड़ा ते ड्राई फ्रूट इहदियां दुकानां ज्यादा आ इधरले पासे आ भी ड्राई फ्रूट वाले आ गए इधरले पासे क्यों भी किवें हो ड्राई फ्रूट वाले हो गए इधरले पासे आह नैक सुक जहाँ डेकोरेशन वाला बई ये बाजार के हाथी घोड़े क्यों ले जा सकते हो है आ चेक कर ली पहला सारे यही दिखाते होर है नहीं तू बिना को वो तो सारे वह भी दिखाई जाते मैल दी ठीक है गल दर्शको इधरले पासे दिखा रहा थोनू मैं
ਇਹ ਨਾਰੋਵਾਲ ਜ਼ਿਲ੍ਹੇ ਦੇ ਵਿੱਚ ਹੀ ਪੈਂਦਾ ਵਾ, ਕਰਤਾਰਪੁਰ ਸਾਹਿਬ ਦੇ ਵਿੱਚ ਕਿਸੇ ਸਮੇਂ ਸਿਆਲਕੋਟ ਵੀ ਜ਼ਿਲ੍ਹਾ ਹੁੰਦਾ ਸੀਗਾ। ਇੱਧਰ ਆ ਛੱਲਿਆਂ ਛੁੱਲਿਆਂ ਵਾਲਾ ਆ ਗਿਆ, ਆ ਥੋੜ੍ਹਾ ਕੰਨਾਂ ਦੇ ਈਅਰਿੰਗਸ ਵਗੈਰਾ ਵਾਲੀ ਦੁਕਾਨ ਆ ਗਈ। ਹੋਰ ਵੀਰੇ ਕਿਵੇਂ ਆ? ਆ ਦੇਖ ਰਿਹਾ ਕੰਨਾਂ 'ਚ ਪਾਉਣ ਵਾਲੇ ਵੀ ਮਿਲ ਜਾਣੇ, ਹਰੇਕ ਤਰ੍ਹਾਂ ਦੀ ਵਰਾਇਟੀ ਤੁਹਾਨੂੰ ਇੱਥੋਂ ਮਿਲ ਜੂਗੀ, ਜੀਪਾਂ ਕਾਰਾਂ ਕੂਰਾਂ ਜਵਾਕਾਂ ਜੁਵਕਾਂ ਵਾਲੇ ਆ, ਛੱਲੇ ਛੁੱਲੇ ਤਾਂ ਸਾਰੀ ਚੀਜ਼ ਕਮਾਲ। ਇੱਥੇ ਦੇਖ ਸਕਦੇ ਹੋ ਸੂਟ ਸਾਟ ਵੀ ਰੱਖੀ ਬੈਠੇ ਆ ਇਹ। ਸਿਲੇ ਸਿਲਾਏ? ਮੈਂ ਠੀਕ ਆ ਠੀਕ ਆ। ਕਿਹੜੀ ਥਾਂ ਤੋਂ ਤੁਸੀਂ? ਲਾਹੌਰ ਦੇ ਜ਼ਿਆਦਾ ਬਈ ਇੱਥੇ ਦੁਕਾਨਦਾਰ, ਤਾਂ ਹੀ ਤੁਹਾਨੂੰ ਮੈਂ ਬਾਜ਼ਾਰ ਘੁਮਾ ਰਿਹਾ ਇਸ ਵਕਤ। ਜਦੋਂ ਲਾਹੌਰ ਜਾਵਾਂਗੇ ਉਦੋਂ ਤਾਂ ਵੱਖਰੀ ਗੱਲ ਆ। ਇੱਧਰਲੇ ਪਾਸੇ ਆ ਜਾਈਏ, ਆ ਸੂਟਾਂ ਵਾਲੀਆਂ ਦੁਕਾਨਾਂ ਫੇਰ ਆ। ਵੀਰ ਜੀ ਤੁਹਾਨੂੰ ਇੱਕ ਵਧੀਆ ਚੀਜ਼ ਦਿਖਾਈਏ ਪਾਕਿਸਤਾਨ। ਲੈ ਦਿਖਾ ਦੇ ਫਿਰ ਦਰਬਾਰ ਸਾਹਿਬ ਪਾਕਿਸਤਾਨ। ਹਾਂ ਇਹ ਕੀ ਆ? ਆਜ਼ਾਦੀ ਦੁਕਾਨ ਤੇ ਪਾਕਿਸਤਾਨ ਕਲਾਥ ਹਾਊਸ ਹੈ। ਹਾਂ ਇਹ ਜੀ ਵੀਰ ਜੀ ਪਾਕਿਸਤਾਨੀ ਬੋਸ ਕੀ ਤੁਹਾਨੂੰ ਮਿਲੇਗੀ, ਮਸ਼ਹੂਰ ਬੋਸ ਕੀ ਪਾਕਿਸਤਾਨ। ਇਹ ਕੁੜਤਾ ਪਜਾਮਾ ਬਣਦਾ ਕੀ? ਕੁੜਤਾ ਪਜਾਮਾ ਇਹਦਾ ਬਣਦਾ ਹੈ, ਤੁਹਾਡੇ ਇੰਡੀਆ 'ਚ ਇਹ ਚੀਜ਼ ਨਹੀਂ ਮਿਲਦੀ ਪਾਕਿਸਤਾਨੀ ਬੋਸ ਕੀ। ਅਗਰ ਇੱਕ ਨੰਬਰ ਦੋ ਘੋੜਾ ਬੋਸ ਕੀ ਲੈਣੀ ਹੋਈ ਤਾਂ ਪਾਕਿਸਤਾਨ ਕਲਾਥ ਹਾਊਸ ਜਾਣਾ, ਆਜ਼ਾਦੀ ਸ਼ਾਪ ਸ਼ਾਪ ਨੰਬਰ ਦੋ। ਇੱਕ ਵਾਰੀ ਕੈਮਰਾ ਮਾਰ, ਕੈਮਰਾ ਮਾਰ ਦਿਓ ਵੀ ਬੰਦੇ ਦਾ। ਗੱਲ ਇਹ ਵੀ ਬੰਦੇ ਆਪਣੇ ਹੀ ਆਏ। ਲੈ ਕਿਉਂ ਆਏ ਸੂਟ? ਸਾਡੇ ਸ਼ਾਪਿੰਗ ਕਰ ਰਹੇ ਨੇ, ਰੇਟ ਬੜੇ ਮਾਨ ਤਾਨ ਕਰਕੇ ਲਗਾ। ਸਾਨੂੰ ਤਾਂ ਰੇਟ ਦਾ ਹਿਸਾਬ ਹੀ ਨਹੀਂ ਆਉਂਦਾ, ਇੱਥੋਂ ਵਾਲੇ ਦੁੱਗਣੇ ਹੋ ਜਾਂਦੇ ਆ। ਤੁਹਾਡੇ ਐ ਵੇਖੋ, ਐ ਬੜੀ ਮਸ਼ਹੂਰ ਸ਼ਾਲ ਤੁਹਾਡੇ ਉੱਥੇ ਬੜੀ ਵਾਇਰਲ ਹੋਈ ਇੰਡੀਆ ਦੇ ਵਿੱਚ। ਹਾਂ ਇਹ ਪਾਕਿਸਤਾਨੀ ਚੁੰਨੀਆਂ ਚੰਨੀਆਂ ਕਹਿੰਦੇ, ਪਾਕਿਸਤਾਨੀ ਕਢਾਈ ਵਾਲੀ ਥੋੜੀ ਜਿਹੀ ਲੋ ਨਾ। ਇਹ ਕਿੰਨੇ ਦੀ ਆ? ਵੀਰਾਂ ਦੀ ਫੋਟੋ ਬਣਾਉਣਾ ਤੁਹਾਡੇ ਪਿੱਛੇ ਨਾ। ਕਿਉਂ? ਚੈੱਕ ਕਰੋ ਕੈਸੀ ਸੋਹਣੀ ਲੱਗ ਰਹੀ ਹੈ ਵੀਰ। ਇਹ ਬੰਦਿਆਂ ਕੇ ਬੁੜੀਆਂ ਵਾਸਤੇ ਆ ਇਹ? ਵੀਰ ਜੀ ਜੈਂਟਸ ਕੁੜੀਆਂ ਵੀ ਇਸਤੇਮਾਲ ਕਰਦੇ ਨੇ, ਜੈਂਟਸ ਵੀ ਇਸਤੇਮਾਲ ਦੋਨਾਂ ਤੇ। ਇਹ ਕਿੰਨੇ ਦੀ ਆ ਇਹ? ਇਹ ਵੀਰ ਜੀ ਤੁਹਾਡੇ ਬਣੇਗੀ 1000 ਰੁਪਏ ਦੀ, ਸਾਡੇ ਬਣੇਗੀ 2400 ਰੁਪਏ ਦੀ। ਲੇਕਿਨ ਮਾਨ ਤਾਨ ਕਰ ਦਾਂਗਾ ਤੁਹਾਨੂੰ, ਕਿਉਂਕਿ ਤੁਸੀਂ ਵੀਡੀਓ ਬਣਾਉਣਾ। ਹੁਣ ਤਾਂ ਗੱਲ ਹੈ ਨਾ, ਗਰਮੀ ਆ ਗਈ, ਇਹਨੂੰ ਦੇਖ ਕੇ ਤੂੰ ਥਾਣੇਦਾਰ ਜਿਹਾ ਡਰ ਲੱਗਦਾ। ਲੇਕਿਨ ਇਹ ਸਪੈਸ਼ਲ ਚੀਜ਼ ਹੈ ਨਾ, ਰੋਜ਼ ਰੋਜ਼ ਨਹੀਂ ਨਾ ਸੰਗਤਾਂ ਨੇ ਆਣਾ ਹੁੰਦਾ। ਨਹੀਂ ਅਸਦਾ ਸਾਡਾ ਤਾਂ ਘਰ ਦੀ ਗੱਲ ਆ, ਹਲੇ ਵੀ ਸੰਗਤਾਂ ਲੈ ਕੇ। ਨਹੀਂ ਠੀਕ ਆ, ਗੱਲ ਲੈ ਕੇ ਜਾਵਾਂਗੇ। ਠੀਕ ਆ, ਧੰਨਵਾਦ ਤੇਰਾ। ਅਸੀਂ ਹੋਰ ਵੀ ਬਾਜ਼ਾਰ ਦਿਖਾ ਲਿਆਈਏ। ਮਸ਼ਹੂਰ ਬੋਸਤੀ ਜਿਹੜੀ ਹੈ ਨਾ ਪਾਕਿਸਤਾਨ ਦੀ, ਉਹ ਹੈ ਜੇ ਹਾਂ ਐਮ ਸਟੀਲ ਦੀ ਗਨ ਪਾਕਿਸਤਾਨ ਕਲਾਥ ਹਾਊਸ ਤੋਂ ਮਿਲੇਗੀ। ਦੋ ਘੋੜਾ ਬੋਸਤੀ ਚੰਗੀ ਗੁੱਦੋ ਕੀ? ਦੋ ਘੋੜਾ ਮਤਲਬ ਕੀ? ਦੋ ਘੋੜਾ ਬੋਸਤੀ ਦਾ ਨਾਮ ਹੈ ਜਿਹੜੀ। ਅੱਛਾ, ਦੋ ਘੋੜਾ ਬੋਸਤੀ, ਮੈਂ ਕਿਹਾ ਪਤਾ ਨਹੀਂ ਕੋਈ ਪਮਾਨਾ ਵਾ ਨਾ ਵਾ, ਮੈਂ ਕਹਿੰਦਾ ਵੀ ਖਰੀ ਗਜਾਂ ਮੈਨੂੰ ਖੇ ਘੋੜਾ ਕਹਿੰਦੇ ਆ। ਚਾਰਜਰ ਤੁਹਾਨੂੰ ਮਿਲ ਜਾਏਗੀ ਬੜੀ ਜ਼ਬਰਦਸਤ, ਨੋਨ ਕਾਟਨ ਮਿਲ ਜਾਣਗੇ, ਪਾਕਿਸਤਾਨੀ ਸੂਟ, ਬ੍ਰਾਂਡ ਦੇ ਸੂਟ ਪਾਕਿਸਤਾਨੀ। ਬਾ ਠੀਕ, ਕੈਸੀ ਖੂਬਸੂਰਤ ਵੀਰ ਜੀ ਚੀਜ਼ ਹੈ। ਤੇ ਦਰਸ਼ਕੋ ਇਹੋ ਜੀਆਂ ਚੀਜ਼ਾਂ ਵੀ ਇੱਥੇ ਮਿਲ ਜਾਣਗੀਆਂ। ਦਰਸ਼ਕੋ 120 ਰੁਪਏ ਬਚ ਗਏ ਆ ਪਾਕਿਸਤਾਨ ਦੇ। ਹੁਣ ਸਮਝ ਨਹੀਂ ਆਉਂਦੀ ਵੀ ਜੇ ਖਰਚਦੇ ਆ ਤਾਂ ਇੱਕ ਚੀਜ਼ ਆਉਂਦੀ ਆ, ਬੰਦੇ ਅਸੀਂ ਦੋ ਆ ਵੀ ਕਰੀਏ ਕੀ? ਇਹ ਵੀਰ ਗਿਆ ਕੰਮ, ਜੇ ਉੱਥੇ ਵਾਪਸੀ ਕਰਾਂਗੇ ਤਾਂ ਇਹ ਅੱਧੇ ਰਹਿ ਜਾਣੇ ਵੀਰੇ। 120 ਦਾ ਕੀ ਆਊਗਾ ਤੇਰੇ ਕੋਲ? ਬੋਤਲ ਦੋ ਚੀਜ਼ਾਂ ਕੀ ਆਉਣਗੀਆਂ? ਦੋ ਲੈ ਜਾਣ, 120 ਦੇ ਆਈਸਕ੍ਰੀਮ ਵੀ ਦੋ ਜਾਣਗੀਆਂ ਤੇ ਉਹ ਸ਼ਾਹਿਦ ਫਰੀਦੀ ਕਹਿੰਦਾ ਵੀ ਲੈ ਮਿਲ ਜਾਣੇ ਤੁਸੀਂ ਆਹ ਫੜ ਫਿਰ। ਕਿੰਨੇ ਦੀ ਆਈਸਕ੍ਰੀਮ ਆ? ਆਪੇ ਤੂੰ ਸਸਤੀ ਜੀ ਨਾ ਫੜਾ ਦਿਓ। ਲੈ ਇਹ ਕਿੰਨੇ ਕਿੰਨੇ? 60-60 ਦੀ ਪੈ ਗਈ। ਕਿਉਂ ਮੰਨਦੇ ਹੋ? ਇਹ 100 ਇਹ ਜਿੰਨੇ ਵੀ ਤੁਸੀਂ ਰੁਪਈਏ ਪਾਕਿਸਤਾਨ ਦੀ ਕਰੰਸੀ ਤੇ ਲੈ ਲਓ, ਸਾਰੇ ਖਰਚ ਕੇ ਜਾਣੇ ਘਰੇ ਮੋੜ ਕੇ ਨੂੰ ਜਾਣੇ। ਉਹ ਇਹ ਸੀ ਕਰਤਾਰਪੁਰ ਸਾਹਿਬ ਪਾਕਿਸਤਾਨ ਕੋਰੀਡੋਰ ਦਾ ਬਾਜ਼ਾਰ ਦਿਖਾਇਆ ਤੁਹਾਨੂੰ। ਸੋ ਅਗਲੀ ਵਾਰੀ ਹੋਰ ਕੋਈ ਨਵਾਂ ਵਿਸ਼ਾ ਲੈ ਕੇ ਮਿਲਦੇ ਹਾਂ। ਮਿਹਰਬਾਨੀ, ਧੰਨਵਾਦ, ਮਿਹਰਬਾਨੀ।